ਸਤਿ ਸ਼੍ਰੀ ਅਕਾਲ ਮੇਰੇ ਸਾਥੀਓ ਮੈਂ ਜਸਵੀਰ ਸਿੰਘ ਤਲਵਾੜਾ ਸੁਪਰ ਕਨਵੀਨਰ ਪੁਰਾਣੀ ਪੈਨਸ਼ਨ ਵਾਲੀ ਸੰਘਰਸ਼ ਕਮੇਟੀ ਪੰਜਾਬ 13123 ਦਾ ਵਿੱਤ ਵਿਭਾਗ ਵੱਲੋਂ ਜਿਹੜਾ ਪੀਆਰ ਫਾਰਡੀ ਦਾ ਇੱਕ ਪੱਤਰ ਜਾਰੀ ਹੋਇਆ ਉਹਨੂੰ ਇਨਡੋਰਸ ਕੀਤਾ ਗਿਆ ਉਹਦੇ ਵਿੱਚ ਲਿਖਿਆ ਗਿਆ ਕਿ ਪੀਐਫ ਐਨਪੀਐਸ ਦੇ ਤਹਿਤ ਜਿਹੜੇ ਅੰਛਾਦਤਿਆਂ ਨੂੰ ਵੱਖ-ਵੱਖ ਉਪਪੰਧਾ ਪ੍ਰਤੀ ਜਾਗਰੂਕ ਕਰਾਇਆ ਜਾਵੇ ਉਹਦੇ ਲਈ ਮੈਸੇਜ ਵੀ ਕਈ ਆ ਰਹੇ ਆ ਉਹਦੇ ਵਿੱਚ ਵੱਖ-ਵੱਖ ਦੱਸਿਆ ਜਾ ਰਿਹਾ ਵੀ ਪੀਐਫਆਰਡੀਏ ਜਾਂ ਐਨਪੀਐਸ ਦੇ ਅਧੀਨ ਜਿਹੜਾ ਕਿਹੜੇ-ਕਿਹੜੇ ਲਾਭ ਤੰਦ ਦਿੱਤੇ ਜਾ ਸਕਦੇ ਆ ਮੈਂ ਸਮਝਦਾ ਵੀ ਜਿਹੜਾ ਪੁਰਾਣੀ ਪੈਨਸ਼ਨ ਭਾਲੀ ਸੰਘਰਸ਼ ਕਮੇਟੀ ਆਰ ਇੰਡੀਆ ਪੈਨਸ਼ਨ ਰੈਸਟੋਰੇਸ਼ਨ ਯੂनाइटेड फ्रंट ਤੇ ਹੋਰ ਜਥੇਬੰਦੀਆਂ ਵੱਲੋਂ ਜਿਹੜੇ ਰਾਜ ਔਰ ਕੇਂਦਰ ਦੀ ਸਰਕਾਰ ਦੇ ਵਿਰੁੱਧ ਲਗਾਤਾਰ ਘੋਲ ਲੜੇ ਜਾ ਰਹੇ ਸੀ ਉਹਨਾਂ ਦੇ ਪ੍ਰਭਾਵ ਅਧੀਨ ਜਿਹੜੀ ਆ ਪੀਐਫਆਰਡੀਏ ਹੁਣ ਐਨਪੀਐਸ ਦੇ ਲਾਭ ਗਿਣਨ ਲਈ ਗਈ ਹੈ ਉਹ ਦੱਸ ਰਹੀ ਹੈ ਵੀ ਕਿ ਤੁਹਾਨੂੰ ਕੀ ਕੀ ਲਾਭ ਹੋ ਸਕਦੇ ਆ ਇਸ ਐਨਪੀਐਸ ਦੇ ਅੰਦਰ ਪਰ ਇਹ ਬਿਲਕੁਲ ਚਿੱਟੇ ਦਿਨ ਵਾਂਗੂ ਸਾਡੇ ਲਈ ਸਾਫ਼ ਹੈ ਜਿੰਨੇ ਵੀ ਐਨਪੀਐਸ ਖਾਤਾਧਾਰਕ ਹੈ ਮੈਂ ਦੂਰ ਨਹੀਂ ਕਿਤੇ ਜਾਣਾ ਮੈਂ ਤੁਹਾਡੇ ਸਾਹਮਣੇ ਜਿਹੜੇ ਆ ਇੱਕ ਐਗਜ਼ਾਮਪਲ ਪੇਸ਼ ਕਰਨੀਆਂ ਜਿਹੜੀ ਪੀਐਫ ਆਰਡੀਏ ਐਨਪੀਐਸ ਦੇ ਜਿੰਨੇ ਮਰਜ਼ੀ ਲਾਭ ਦਾਦੇ ਪਰ ਸਾਨੂੰ ਇਸ ਗੱਲ ਦਾ ਪਤਾ ਬਈ ਜਦੋਂ ਦੁੱਧ ਦੀ ਰਾਖੀ ਬਿੱਲੀ ਬੈਠੀ ਹੋਵੇ ਇਹ ਦੁੱਧ ਜਿਹੜਾ ਕਦੇ ਵੀ ਸੁਰੱਖਿਤ ਨਹੀਂ ਹੋ ਸਕਦਾ ਜਦੋਂ ਸਾਡੇ ਪੈਨਸ਼ਨ ਫੰਡ ਦੇ ਜਿਹੜੇ ਅਲੱਗ-ਅਲੱਗ SBI, UTI, TLIIC ਵਿੱਚ ਜਿਹੜੇ ਸਾਡੇ ਸ਼ੇਅਰ ਲਾਏ ਆ ਉਹ ਕਾਰਪੋਰੇਟ ਘਰਾਣਿਆਂ ਦੇ ਜਦੋਂ ਤੱਕ ਕਾਰਪੋਰੇਟ ਘਰਾਣਿਆਂ ਦੇ ਕੋਲ ਇਹ ਸਾਡਾ ਪੈਸਾ ਰਹੇਗਾ ਮੈਂ ਸਭ ਤੋਂ ਵੱਡੀ ਐਗਜ਼ਾਮਪਲ ਮੈਂ ਚਾਹਨਾ ਵੀ ਇਹ ਨਾ ਬੈਬੀ ਨਾਰਾ ਵਿੱਚ ਪ੍ਰਸ਼ਨ ਵੀ ਕੀਤੇ ਜਾਣ ਵੀ ਜਿਹੜਾ ਸਾਡਾ ਡੂਰਿੰਗ ਕੋਰੋਨਾ ਕਾਲ ਜਿਹੜਾ ਹੈ ਘਾਟਾ ਪਿਆ ਉਹ ਕਿਵੇਂ ਪੂਰਾ ਹੋਏਗਾ ਕੀ ਘਾੜ ਨਾਲ ਸਮਝ ਕੋ ਉਤਰਾਸਦੀ ਹੈ ਤੇ ਕੀ ਉਹ ਐਨਪੀਐਸ ਦੀ ਸ਼ੇਅਰ ਮਾਰਕੀਟ ਦੇ ਆਧਾਰ ਥੋਣ ਕਰਕੇ ਉਹਦੀ ਘਾਟਾ ਇਹਦੀ ਪੂਰਤੀ ਕੌਣ ਕਰੇਗਾ ਜਦ ਕਿ ਇਹ ਜਿਹੜੀ ਐ ਐਨਪੀਐਸ ਸਕੀਮ ਕੰਟਰੀਬਿਊਟਰੀ ਹੈ ਜਦ ਕਿ ਪੁਰਾਣੀ ਜਿਹੜੀ ਐ ਡਿਫਾਈਨਡ ਪੈਨਸ਼ਨ ਬੈਨੀਫਿਟ ਸਕੀਮ ਹੈ ਉਹ ਨਿਸ਼ਚਿਤ ਲਾਵਾ ਵਾਲੀ ਹੈ ਤੁਹਾਨੂੰ ਪਤਾ ਲੱਗ ਜਾਂਦਾ ਵੀ ਤੁਹਾਡੀ ਕਿੰਨੀ ਪੈਨਸ਼ਨ ਨਿਸ਼ਚਿਤ ਹੋਣੀ ਹੈ ਅੱਜ ਵੀ ਕੋਈ ਬੰਦਾ ਕੱਢ ਨਹੀਂ ਸਕਦਾ ਵੀ ਉਹਦੀ ਪੈਨਸ਼ਨ ਕਿੰਨੀ ਨਿਸ਼ਚਿਤ ਹੋਣੀ ਹੈ ਇਹ ਐਨਪੀਐਸ ਦੀ ਸਭ ਤੋਂ ਵੱਡੀ ਤਰਸਤੀ ਹੈ ਆਓ